ਸਿਗਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਨਰਾਜਿੰਦ ਸਾਹਿਬ ਵਲੌਗ ਦੇ ਵਿੱਚ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ। ਅਤੇ ਤੁਹਾਨੂੰ ਦਿਖਾਉਂਦੇ ਹਾਂ ਹੁਣ, ਪਹਿਲਾਂ ਆਪਾਂ ਖੇਤ ਚੱਲਦੇ ਹਾਂ, ਖੇਤ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ। ਇਹ ਬਾਈ ਪੇਂਡੂ ਲਾਈਫ ਹੈ, ਇਹ ਪੇਂਡੂ ਲਾਈਫ, ਇਹਨਾਂ ਬਿਨਾਂ ਕਿੱਥੇ ਸਰਦਾ ਹੈ। ਦੇਖੋ ਬਾਈ ਭਈਆਂ ਨੇ ਲਿਸਕ ਆਈਆਂ, ਇਹਨੂੰ ਆਪਾਂ ਕੱਢ ਲਿਆ ਬਾਹਰ ਅਤੇ ਲੀਰ ਲੂਰ ਮਾਰਦੇ ਹਾਂ ਇਹਦੇ ਪਹਿਲਾਂ। ਹਾਂ ਵੈਸੇ ਤਾਂ ਧੋਤਾ ਹੋਇਆ ਸੀ ਆਪਣਾ, ਧਵਾ ਦਾ ਸੀ ਉੱਦਣ, ਲੀਰ ਮਾਰ ਕੇ ਸਾਫ਼ ਕਰਦੇ ਹਾਂ ਆਪਾਂ। ਕਿਆ ਕੱਪੜਾ ਜਿਹਾ ਲੈ ਲਿਆ ਆਪਾਂ, ਠੀਕ ਹੈ ਜੀ, ਜਾਂ ਗਲਵਸ ਜਿਹਾ ਲੈ ਲਿਆ, ਇਹਦੇ ਨਾਲ ਸਾਫ਼ ਕਰਦੇ ਹਾਂ ਹੁਣ ਆਪਾਂ ਇਹਨੂੰ। ਹਾਂ ਅਤੇ ਸਾਫ਼ ਕਰਕੇ ਤੁਹਾਨੂੰ ਮਿਲਦੇ ਹਾਂ। ਤਾਂ ਸਾਫ਼ ਜਿਹਾ ਕਰ ਲਿਆ ਆਪਾਂ ਹੁਣ। ਹਾਂ ਦੇਖੋ ਇਹਨੂੰ ਸਟਾਰਟ ਕਰਦੇ ਹਾਂ ਹੁਣ ਆਪਾਂ, ਥੋੜ੍ਹਾ ਜਿਹਾ ਗਰਮ ਹੋ ਜੂਗਾ। ਟੀ ਵੀ ਸਟਾਰਟ ਕਰਕੇ ਖੜਾਈ ਪਈ ਆ ਜੀ, ਡੈਡੀ ਨੇ ਕਿਤੇ ਜਾਣਾ ਹੋਊਗਾ। ਕਾਹੀਆ ਟੇਪ ਦੇਖੋ ਦੱਸੋ ਵੀ ਵਧੀਆ ਲੱਗਦੀ ਹੈਗੀ, ਪੈਸੇ ਨਾਲੇ ਹੋਰ ਦੱਸੀ ਵੀ ਆਪਾਂ ਹੋਰ ਕੀ ਕਰਾ ਸਕਦੇ ਹਾਂ। ਅਤੇ ਆਹ ਜੀ ਸਾਡੇ ਬੂਟੇ, ਇਹਦੇ ਅੰਦਰਲੇ ਪਾਸੇ ਲਾਏ ਹੋਏ ਨੇ, ਆਹ ਦੇਖੋ ਆਹ ਬਾਹਰਲੇ ਪਾਸੇ ਕਾਫੀ ਲਾਏ ਹੋਏ ਨੇ ਉੱਥੋਂ ਫਿਰ ਤੱਕ, ਆਹ ਵੀ ਦੇਖੋ। ਆਹ ਤੀ ਆਪਾਂ ਚੱਕ ਲਈ ਬੁਲਟ ਦੀ ਚਾਬੀ, ਤੈਨੂੰ ਕਰਦੇ ਹਾਂ ਸਟਾਰਟ। ਬੁਲਟ ਆਪਾਂ ਕਰ ਲਿਆ ਸਟਾਰਟ, ਥੋੜ੍ਹੀ ਜਿਹੀ ਗਰਦੀ ਰਹਿ ਗਈ, ਇਹ ਵੀ ਚੱਕ ਦਿੰਦੇ ਹਾਂ। ਹਾਂ ਦੇਖੋ ਰਸ ਰਿਹਾ ਬੈਂਡੇਜ ਅਤੇ ਕਰਦੀ ਰਹਿ ਗਈ। ਆਹ ਦੇਖੋ ਜੀ ਪਹਿਲਾਂ ਨਾ ਬਹੁਤ ਸੈੱਟ ਹੋ ਗਈ, ਇਹ ਨਾ ਮੇਰੇ ਹਿਸਾਬ ਦੇ ਵਿੱਚ ਦੂਜੇ ਲੋਟ ਕਰਾਉਣੀ ਪਊਗੀ ਬਫਿੰਗ, ਉਹਦੇ ਨਾਲੇ ਨਿਕਲੂਗੀ 1000 ਜੀ ਦਾ। ਇਹ ਮੈਂ ਉਹਦੇ ਨਾਲ ਵੈਸੇ ਬਹੁਤ ਕੱਟਤੀ ਕਾਫੀ ਸੀਗੀ। ਆਹ ਦੇਖੋ ਮੇਰਾ ਨਾਮ ਲਿਖਾ ਗਿਆ ਇਹਦੇ 'ਤੇ, ਮੈਂ ਮੇਰੀ ਸਲਾਹ ਜੀ ਬਣ ਗਈ ਵੀ ਮੇਰਾ ਕਿਸ ਵਗੈਰਾ ਆ ਗਿਆ। ਤਾਇਆ ਆਪਣਾ ਕੀ ਹਾਲ ਹੈ ਤਾਇਆ, ਠੀਕ ਹੈ ਤੇਰਾ ਮੋਢਾ ਹੁਣ ਹੈ? ਡਾਕਟਰ ਕੀ ਕਹਿੰਦਾ, ਡਾਕਟਰ ਕੀ ਕਹਿੰਦਾ ਤਾਇਆ ਸੰਗਦਾ ਹੈ? ਠੀਕ ਹੈ ਮੋਟਰ 'ਤੇ ਆਪਾਂ ਚੁੱਕਿਆ ਖੜਾ, ਤਾਂ ਆਪਾਂ ਮੋਟਰਸਾਈਕਲ ਆ ਦੇਖੋ ਬਾਈ ਇੰਨਾ ਘਾਟ ਆ ਉਰੇ ਸਿਸਟਮ, ਉਰੇ ਸਾਂਭ ਬਹੁਤ ਆ ਗਈ ਬੈਠਣ ਨੂੰ। ਆਹ ਸੀ ਆਪਣੀ ਮੋਟਰ, ਠੀਕ ਆ ਬਾਈ ਦੇਖੋ ਬਾਈ ਕਿਵੇਂ ਖੜੀ ਆ ਅਸਲ ਆਪਣੀ ਜਿਹੜੀ, ਉਹ ਮੋਟਰ ਆ ਬਾਈ ਉਹ ਆਪਣੇ ਚਾਚਾ ਜੀ ਦੀ ਆ। ਹਾਂ ਬਾਈ ਨਾਲੇ ਆਹ ਦੇਖੋ ਜੰਗਲੀ ਜੇ ਨੇ, ਫਿਰ ਵੀ ਦੇਖੋ ਲੱਗੇ ਹੋਏ ਕਿੰਨੇ ਘੈਂਟ ਲਾਦੇ ਨੇ, ਨਾਲੇ ਜੰਗਲੀ ਜੇ ਨੇ। ਇੱਧਰ ਬਾਈ ਮੁਰਗੀ ਵਾਲਾ ਫਾਰਮ ਬਣਿਆ ਹੋਇਆ ਹੈਗਾ, ਇੱਥੇ ਆਂਡੇ ਹੁੰਦੇ ਨੇ ਗੇ, ਲਿਆ ਸਕਦੇ ਹੋ ਤੁਸੀਂ। ਦੇਖੋ ਬਾਈ ਕਿਹੜਾ ਮਨਾ ਦੀ ਮਾਂ ਚੱਲ ਦੋ ਤੁਹਾਡਾ, ਉਹ ਬਾਈ ਬੁਲਟ ਆਪਣਾ ਆ ਖੜਾਤਾ। ਆਹ ਦਰਖਤ ਬਹੁਤ ਵਧੀਆ ਬਾਈ, ਇੱਥੇ ਸਾਨੂੰ ਬਹੁਤ ਫਾਇਦਾ, ਇੱਥੇ ਜਾਣੀ ਰੋਟੀ ਖਾਣੀ ਹੁੰਦੀ ਆ ਸਾਨੂੰ ਵਧੀਆ ਆ ਜਾਂਦੀ ਹੈਗੀ। ਦੇਖੋ ਕਿੰਨੀ ਘੈਂਟ ਲੁੱਕ ਆਉਂਦੀ ਆ, ਪਿੰਡਾਂ ਦੀਆਂ ਬਈ ਗੱਲਾਂ ਹੀ ਅੱਡ ਨੇ। ਹੁਣ ਜਿਹੜੇ ਬਾਹਰ ਲਏ ਵੀਡੀਓ ਦੇਖਦੇ ਹੋਣਗੇ ਉਹ ਵੀ ਸੋਚਦੇ ਹੋਣਗੇ ਵੀ ਅਸੀਂ ਕਿਉਂ ਨਹੀਂ ਹੁੰਦੇ ਸੀ ਉਰੇ। ਹਾਂ ਉਹ ਵੀ ਆਉਣ ਦਾ ਜੀ ਕਰਦਾ ਉਹਨਾਂ ਦਾ, ਪਿੰਡਾਂ ਦੀਆਂ ਤਾਂ ਬਈ ਗੱਲਾਂ ਹੀ ਅੱਡ ਨੇ। ਤੁਸੀਂ ਫਿਰ ਦੇਖੋ ਥੋੜ੍ਹਾ ਜਿਹਾ ਸਿਨਮੈਟਿਕ ਸ਼ਾਟ, ਹੁਣ ਚੱਲਦੇ ਆਪਾਂ ਘਰ ਨੂੰ ਅਤੇ ਕਰਦਾ ਮੈਂ ਬੁਲਟ ਸਟਾਰਟ। ਠੀਕ ਹੈ ਜੀ ਆਪਾਂ ਬੁਲਟ ਤਾਂ ਕਰ ਲਿਆ ਸਟਾਰਟ, ਅਤੇ ਤੁਹਾਨੂੰ ਪਹੀ ਦੀ ਲੁੱਕ ਦਿਖਾਉਣਾ ਇੱਧਰੋਂ। ਹਾਂ ਹਾਂ ਆਹ ਦੇਖੋ ਜੀ ਆਪਣੀ ਪਹੀ, ਅਤੇ ਇੱਧਰਲੇ ਪਾਸੇ ਨੂੰ ਵੀ ਜਾਂਦੀ ਆ ਅਤੇ ਇੱਧਰੋਂ ਵੀ ਜਾਂਦੀ ਆ ਪਹੀ। ਹਾਂ ਅਤੇ ਜਿਹੜਾ ਆਹ ਆਪਣਾ ਸੂਗਾ ਹਲ ਦਾ ਚੱਲਿਆ ਨਹੀਂ ਹੋਇਆ, ਹੁਣ ਤਾਂ ਜਾਣੇ ਦੀ ਕੀ ਲੋੜ ਆ ਜਾਣੇ ਦੀ। ਹਾਂ ਜਦੋਂ ਲੋੜ ਹੁੰਦੀ ਆ ਸਾਨੂੰ ਫਿਰ ਅਸੀਂ ਇੱਧਰੋਂ ਵੀ ਪਾਣੀ ਲੈ ਲੈਂਦੇ ਹੈਗੇ। ਉਹ ਮਿੱਤਰੋ ਫਿਰ ਚੱਲੀਏ। ਹਾਂ ਦੇਖ ਲਓ ਆਖਰੀ ਵਿਊ, ਆਹ ਦੇਖੋ ਕਿੰਨਾ ਘੈਂਟ ਲੱਗਦਾ, ਅੱਡੇ ਨੇ ਬਾਈ ਇਹਨਾਂ ਦੀਆਂ ਤਾਂ ਗੱਲਾਂ ਬਾਤਾਂ ਪਿੰਡਾਂ ਦੀਆਂ ਤਾਂ ਦੇਖੋ। ਹਾਂਜੀ ਗਾਈ ਹੁਣ ਆਪਾਂ ਚੱਲਦੇ ਹਾਂ ਘਰ ਨੂੰ, ਅਤੇ ਆਹ ਪਹੀ ਆ ਸਾਡੀ ਮੋਟਰ ਦੇ ਨੂੰ, ਜਿਹੜੀ ਸੂਆ ਜਿਹੜਾ ਜਾਂਦਾ ਹੈਗਾ ਉਹਦੇ ਤੋਂ ਨਿਕਲਦੀ ਜਿਹੜੀ ਸਿੱਧੀ ਸੜਕ ਹੈਗੀ, ਪਹੀ ਤੋਂ ਇੱਧਰ ਸੜਕ ਨਿਕਲਦੀ ਹੈਗੀ। ਮੈਂ ਇੱਧਰ ਆ ਗਿਆ ਸੀਗਾ ਚਾਚਾ ਜੀ ਕੇ, ਦੇਖੋ ਇੱਧਰ ਤਿਆਰ ਕਰ ਰਹੇ ਨੇ ਬਾੜੀ, ਤਿਆਰ ਕਰ ਰਹੇ ਨੇ ਇੱਧਰ ਆ ਜਾਲੀ ਲਿਆਉਂਦੀ, ਜਾਲੀ ਉਹ ਮੁੜਦੀ ਨਹੀਂ ਸੀ ਫਿਰ ਤੁਸੀਂ? ਨਾ ਉਹ ਨਹੀਂ ਮੁੜਦੀ ਸੀ, ਆਹ ਚੀਜ਼ ਘੈਂਟ ਆ ਇਹ, ਜਿਹੜੇ ਪਾਰਕਾਂ 'ਚ ਲੱਗੀ ਹੋਈ ਉਹੀ ਚੀਜ਼ ਆ, ਪਾਰਕਾਂ 'ਚ ਇਹੀ ਲੱਗਦੀ ਹੈ ਇਹਨੂੰ, ਜਿਵੇਂ ਮਰਜ਼ੀ ਫੋਲਡ ਕਰ ਲਓ। ਹਾਂ ਇੱਧਰ ਇੱਧਰ ਹੋਰ ਵੀ ਸਿਸਟਮ ਕਰਤਾ, ਦੂਆ ਟਾਇਰ ਚੱਕਤਾ ਬਰਨਾ ਦਾ, ਬਰਨਾ ਦਾ ਨਵਾਂ ਟਾਇਰ ਸੀ ਆ, ਵੈਸੇ ਸੋਹਣੇ ਲੱਗਦੇ ਸੀ ਤਾਂ ਕਰਕੇ ਰੰਗੇ ਸੀਗੇ, ਮੈਂ ਨਾਲੇ ਚੱਕਦਾ ਚਾਹਵਾਂ ਹੀ ਨਵਾਂ ਟਾਇਰ ਆ ਦੇਖੋ, ਕਰਤਾ ਨੀਲੇ ਨੀਲਾ ਖੜੀ ਆ ਇਲੈਕਟ੍ਰਿਕ ਸਕੂਟਰੀ ਦੇਖੋ ਭਾਈ,
ਆਪਾਂ ਇੱਧਰ ਚੱਲਦੇ ਆ ਤੁਹਾਨੂੰ ਜੈਕੀ ਨਾਲ ਮਿਲਾਉਣੇ ਆ। ਹਾਂ ਓਏ ਇਹ ਬਾਈ ਇੰਨਾ ਸ਼ਰਾਰਤੀ ਆ ਨਾ ਇਹ ਬਹੁਤ ਕੁੱਟ ਖਾਂਦਾ ਏ ਬਾਈ ਇਹ ਸਾਰਿਆਂ ਦੇ ਨਾਲੇ ਕੁੱਟ ਖਾਂਦਾ ਇਹ ਫੇਰ ਨਹੀਂ ਇਹ ਫੇਰ ਵੀ ਬਹੁਤ ਲਾਡ ਕਰਦਾ ਦੇਖ ਲਓ ਬਾਈ ਜਾਨਵਰ ਦਾ ਪਿਆਰਾ ਹੀ ਹੁੰਦਾ ਨਾਲੇ ਇਹ ਸ਼ਰਾਰਤ ਬਹੁਤ ਕਰਦਾ ਇਹ ਰਾਤ ਨਿਕਲ ਗਿਆ ਸੀ ਬਾਹਰ ਬਹੁਤ ਲੇਟ ਮੁੜ ਕੇ ਆਇਆ ਹੈਗਾ ਹੁਣ ਇਹਦਾ ਬਾਹਰ ਨਿਕਲਣ ਦਾ ਇਹਨੂੰ ਸ਼ੌਂਕ ਪੈ ਗਿਆ ਅਤੇ ਝੂਲੇ 'ਤੇ ਬਹਿਣੇ ਹਾਂ ਆਪਾਂ ਵੀ ਝੂਲੇ 'ਤੇ ਜੈਕੀ ਇੱਥੇ ਸ਼ਰਾਰਤ ਕਰੀ ਜਾਂਦਾ ਹੈ ਜੈਕੀ ਜੈਕੀ ਬਾਈ ਬਹੁਤ ਸ਼ਰਾਰਤੀ ਹੈਗਾ ਬਹੁਤ ਪੁੱਟ ਖਾਂਦਾ ਨਾਲੇ ਹਾਂ ਫਿਰ ਵੀ ਪਤੰਦ ਦਾ ਇੱਲ ਤਾਂ ਹੱਟਦਾ ਨਹੀਂ ਹੈਗਾ ਮੇਰੇ ਵਾਲੇ ਨਾਲੇ ਐਂ ਕੁੱਟ ਵੀ ਮੈਂ ਕੁੱਟਦਾ ਵੀ ਉਹਨੂੰ ਜੇ ਜਣੇ ਦੀ ਸ਼ਰਾਰਤ ਕਰਦਾ ਹਾਂ ਜੇ ਮਾੜੀ ਮੋਟੀ ਵੀ ਸ਼ਰਾਰਤ ਕਰੇ ਤਾਂ ਹੀ ਐਨ ਸਿੱਧਾ ਹੋਇਆ ਰਹਿੰਦਾ ਹਾਲੇ ਹੁਣ ਐਂ ਬਹਿ ਗਿਆ ਇਹਨੇ ਇੱਕਣੇ ਬੈਠਾ ਰਹਿਣਾ ਉਰੇ ਹੈ ਜੈਕੀ ਓਏ ਹਾਲੇ ਜਦੀ ਚੁਸਤ ਦੇ ਲਓ ਬਾਈ ਕਹਿੰਦਾ ਬਹਿ ਜਾ ਬਹਿ ਉਹ ਤਾਂ ਠੰਡਾ ਫਰਸ਼ ਲਾ ਦੇਣਾ ਬਾਈ ਉੱਥੇ ਤਾਂ ਕਰਕੇ ਬਹਿੰਦਾ ਇਹ ਹਾਂ ਇਹਨਾਂ ਦਾ ਚੱਲ ਇੱਕ ਨਜ਼ਾਰਾ ਬਾਈ ਇਹ ਗਰਮੀ ਨਹੀਂ ਮੰਨਦੇ ਮੇਰੇ ਵਾਲਾ ਗਰਮੀ ਬਹੁਤ ਮੰਨਦਾ ਉਹ ਤਾਂ ਜੇ ਮਾੜਾ ਜਿਹਾ ਉਹਨੂੰ ਖੇਡ ਲਈ ਉਹਦੇ ਨਾਲ 5 ਮਿੰਟ ਉਹਦਾ ਹਾਫ ਜਾਂਦਾ ਜਦੀ ਮਿੱਤਰੋ ਆਹ ਪਿਆ ਆਰਪੀ ਆਰਪੀ ਪਿਆ ਮਿੱਤਰੋ ਉਹ ਆਰਪੀ ਹੈਲੋ ਕਹਿੰਦੇ ਆਰਪੀ ਪਿਆ ਸੁੱਤਾ ਵੀਡੀਓ ਇੱਧਰ ਚੱਲ ਰਹੀ ਆਰਪੀ ਕੀ ਇਹ ਚਲਾਈ ਹੋਈ ਆ ਨੂਰ ਦੀ ਬਾਈ ਦੀ ਦੇਖੋ ਬਾਈ ਨੂਰ ਦੀ ਵੀਡੀਓ ਚੱਲਦੀ ਆ ਵਿੱਚ ਕਹਿਣਾ ਸੀ ਆਰਪੀ ਆਰਪੀ ਆ ਗਈ ਬਾਈ ਫਿਰ ਰਿਹਾ ਓਏ ਕੁੜੀਆਂ ਜਿਹਾ ਵਰਗਾ ਬਾਈ ਮੈਨੂੰ ਪਤਾ ਨਹੀਂ ਲੱਗਿਆ ਭੂਤ ਆ ਗਿਆ ਹਾਏ ਹੋਏ ਇਹ ਤਾਂ ਆਰਪੀ ਸੀ ਆਹਦੇ ਆਰਪੀ ਨੇ ਬਾਈ ਖੇਡ ਜੀ ਲਿਆਂਦੀ ਉੱਥੇ 100 ਰੁਪਈਆਂ ਦੀ ਹੈਂ ਦੇਖੋ ਬਾਈ ਕਿੰਨੀ ਘੱਟ ਲਾਸਟ ਉੱਥੇ ਤਾਂ 100 ਦਾ ਕਹਿੰਦਾ ਸੀ ਉਹ ਬਲੌਗ ਦੇ ਵਿੱਚ ਤਾਂ ਦੇਖੋ ਬਾਈ ਜੋ ਅੱਛਾ ਇਹ ਪਲਾਸਟਿਕ ਦੀ ਹੀ ਆ ਨਾ ਸੋਹਣੀ ਲੱਗਦੀ ਯਾਰ ਚੀਜ਼ ਇਹ ਖਰਾਬ ਨਾ ਹੋ ਜੇ ਬਾਈ ਅੱਛਾ 3-4 ਟਾਈਪ ਦੀਆਂ ਨੇ ਲਾਈਟਾਂ ਠੀਕ ਆ ਆਰਪੀ ਵੀ ਆ ਗਿਆ ਆ ਜੈਕੀ ਦੇ ਮਗਰ ਪਿਆ ਵਾ ਦੇਖੋ ਆਰਪੀ ਇਹ ਨਾ ਸ਼ਰਾਰਤੀ ਕਿਉਂ ਆ ਯਾਰ ਤੇਰੇ ਵਾਲਾ ਕੁੱਤਾ ਇਹਨੂੰ ਸਿੱਧਾ ਕਰ ਲਓ ਯਾਰ ਬੈਲ ਬੋਟਮ ਆਰਪੀ ਦੀ ਹੈ ਆਰਪੀ ਬੈਲ ਬੋਟਮ ਆਰਪੀ ਦੀ ਆਰਪੀ ਮਾਸਕ ਜਿਹਾ ਲਾਈ ਹੋਏ ਕਹਿੰਦੇ ਮੇਰੇ ਵੀਰੋ ਹੁਣ ਤਾਂ ਅੱਜ ਤਾਂ ਹੋਰ ਕੁਛ ਬਣਿਆ ਵਰਦਾ ਆਰਪੀ ਹਲੇ ਤੱਕ ਬਾਈ ਕਰੰਟ ਵਾਲੀ ਪ੍ਰੋਬਲਮ ਸੋਲਵ ਨਹੀਂ ਹੋਈ ਬਾਥਰੂਮਾਂ 'ਚ ਹਲੇ ਵੀ ਕਰੰਟ ਆ ਰਿਹਾ ਆਹ ਦੇਖ ਲਓ ਸਾਡਾ ਗੰਦਾ ਬੱਚਾ ਹਾਂ ਓਏ ਹਾਂ ਉਹ ਦੇਖੀ ਮਾਰਦਾ ਸਾਲ ਚੱਲ ਮਾਰ ਦੇਖ ਉਹ ਕਰੂਗਾ ਮਾਰੂਗਾ ਸਾਲ ਓਏ ਓਏ ਪਹਾੜ ਨਾ ਦੇਵੇ ਕਿਤੇ ਹੁਣੀ ਜੀ ਕੁੜੀ ਬਹਿ ਗਈ ਹੋਏ ਫੁੱਲਾਂ ਵਾਲੀ ਲੋਰ ਪਾ ਕੇ ਇਹ ਕੀ ਗੱਲ ਆ ਆਹ ਦੇਖੋ ਬਾਈ ਚਾਹੇ ਸਿਰ ਢੱਕ ਲਾ ਆਰਪੀ ਮਦਦ ਕਰਦੇ ਕਰੇ ਗ੍ਰਾਹਕ ਖੜੇ ਨੇ ਹਾਂ ਅਸੀਂ ਬੰਦਿਆਂ ਨੇ ਰੇਹੜੀ ਲਾਈ ਆ ਬਾਈਆਂ ਨੇ ਦਿਖਾਉਣੇ ਆ ਸਾਨੂੰ ਉਹ ਵੀ ਮਾਨਵ ਆ ਗਿਆ ਮਾਨਵ ਆਪਾਂ ਨੂੰ ਰੇਹੜੀ ਬਾਰੇ ਦੱਸੂਗਾ ਹੁਣ ਆ ਜਾ ਮਾਨਵ ਦੱਸ ਫਿਰ ਮੈਨੂੰ ਕੀ ਬਣਾਉਣੇ ਹੋ ਠੀਕ ਆ ਤਿੰਨ ਚੀਜ਼ਾਂ ਬਣਾਉਣੇ ਹੈ ਠੀਕ ਆ ਕਿਵੇਂ ਚੱਲਦਾ ਕੰਮ ਦੇਖੋ ਬਾਈ ਮਿੱਤਰਾ ਭੱਜ ਗਿਆ ਹੁਣ ਠੀਕ ਆ ਜੀ ਹਜੇ ਤਾਂ ਸਵੇਰ ਦਾ ਟਾਈਮ ਆ ਜਦੋਂ ਖਾਣ ਦਾ ਮਨ ਨਹੀਂ ਸੀਗਾ ਫਿਰ ਖਾਵਾਂਗੇ ਬਾਅਦ ਅਸੀਂ ਤੁਹਾਨੂੰ ਆਈਡੀਆ ਦਵਾਇਆ ਮਹਾਂ ਵੀ ਕੀ ਬਣਾ ਚਲੋ ਬੰਦੇ ਨੇ ਵਧੀਆ ਕੰਮ ਆ ਨਵਾਂ ਹੀ ਸ਼ੁਰੂ ਕੀਤਾ ਗਾ ਹਾਂ ਕਹਿੰਦੇ ਵਧੀਆ ਚੱਲ ਚਲੋ ਹਾਂ ਹੁਣ ਘਰੇ ਚੱਲਦੇ ਹਾਂ ਘਰ ਜਾ ਕੇ ਜਾਂਦਾ ਉਹ ਬਸ ਇੱਥੇ ਖਤਮ ਹੁੰਦਾ ਥੈਂਕਸ ਫੋਰ ਵਾਚਿੰਗ ਅਤੇ ਚੈਨਲ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ
कमेंट करना ना भुल्यो। मिलते हैं तुम अगले ब्लॉग के विच। हाँ, इदा तू भी बोल दे यार भी फिर। बाय बाय।